ਇੱਥੇ ਹੀ ਦੋਸੇ ਗਰੀਬ ਲੋਕ ਗਾਵਾਂ ਘਰ ਬੈਠੇ, ਕੋਈ ਦਿਹਾੜੀ ਨਹੀਂ, ਕੋਈ ਕੁਛ ਨਹੀਂ, ਕੋਈ ਨੌਕਰੀ ਪਾ ਨਹੀਂ, ਦਿਹਾੜੀ ਕਰ ਲੈਂਗੇ ਤਾਂ ਖਾ ਲੈਂਗੇ, ਬਿਨਾਂ ਕਰੇ ਤਾਂ ਭੁੱਖੇ ਮਰੇਂਗੇ, ਬਤਾ ਜ਼ਿੰਮੀਦਾਰ ਕੀ ਬਣ ਰਹੀ ਆ। ਔਰ ਅਭੀ ਗਰੀਬ ਲੋਕ ਤਾਂ ਨਹੀਂ ਚਾਹਾਂ ਬਈ ਦੋ ਪੀਸੇ ਆ ਜਾ ਮਾਰੇ ਕੰਮ ਆਉਂ, ਮਾਰੇ ਲਈ ਤਾਂ ਸਾਰੇ ਅੱਛੇ ਔਰ ਕੀ ਕਰਾਂਗੇ। ਅਟਕਾ ਵੋ ਮਹਿੰਗਾਈ ਜ਼ਿਆਦਾ ਹੋ ਗਈ, ਉੱਡਾ ਨੇ ਲੋਸ ਕਰਿਆ ਤਾ ਬਈ 2 ਰੁਪਏ ਕਿਲੋ ਮੈਂ ਕਣਕ ਦੇਊਂਗਾ, ਉਹ ਕਣਕ ਵੀ ਨਹੀਂ ਮਿਲਦੀ ਆਤੀ ਹੈ, ਜੋ ਗਰੀਬ ਜਨਤਾ ਉਹਨੂੰ ਅੱਧੇ ਕੋ ਮਿਲਤੀ ਨਹੀਂ, ਉਹਨਗੇ ਰਾਸ਼ਨ ਵੀ ਕੱਟੇ ਹੋਏ ਹੈ, ਬੀ ਪੀ ਐਲ ਕੇ ਵੀ ਕੱਟੇ ਹੋਏ ਹੈ, ਜੋ ਜ਼ਿੰਮੀਦਾਰ ਹੈ ਉਹਨੂੰ ਮਿਲਤੀ ਹੈ ਕਣਕ। ਹਮ ਕਾਂਗਰਸ ਕੇ ਬਹੁਤ ਧੰਨਵਾਦੀ ਹੈ, ਕਾਂਗਰਸ ਇੱਕ ਕਾਂਗਰਸ ਸਰਕਾਰ ਹੀ ਇੱਕ ਐਸੀ ਸਰਕਾਰ ਆ ਜਿਸਨੇ ਹਮਾਰੇ ਕੋ ਰੁਜ਼ਗਾਰ ਵੀ ਦੀਏ, ਹਮਾਰੇ ਕੋ ਬਣਾਉਣ ਕੇ ਲੀਏ ਬੀ ਪੀ ਐਲ ਕੇ ਮਾਧਿਅਮ ਸੇ ਮਕਾਨ ਵੀ ਕੇ ਪੈਸੇ ਵੀ ਲਾਂਚ ਕੀਏ, 90-90 ਹਜ਼ਾਰ ਰੁਪਏ 91 ਹਜ਼ਾਰ ਰੁਪਏ ਔਰ 100-100 ਗਜ ਕੇ ਪਲਾਟਸ ਵੀ ਹਮਾਰੇ ਕੋ ਲਾਂਚ ਹੋ ਚੁੱਕੇ ਆ, ਮਕਾਨ ਬਣਾਉਣ ਕੇ ਲੀ ਜੋ ਪੈਸਾ ਦਿਆ ਤਾ 100 ਗਜ ਕਾ ਪਲਾਟ ਵੀ ਹਮਾਰੇ ਕੋ ਸਰਕਾਰ ਨਹੀਂ, ਔਰ ਐਸੀ ਸਰਕਾਰ ਕਹਾਂ ਹੋਗੀ ਜੋ ਦਾਲ ਰੋਟੀ ਹਮਾਰੇ ਕੋ ਦੇ ਰਹੀ ਹੈ, ਗਰੀਬ ਆਦਮੀ ਕੋ ਦੇਖ ਰਹੀ ਆ, ਸੋਚ ਰਹੀ ਆ, ਉਸਕੇ ਦੁੱਖ ਸੁੱਖ ਕੇ ਉੱਪਰ ਸੇ ਨੀਚੇ ਤੱਕ ਦੇ ਲੈ ਕੇ ਚੱਲ ਰਹੀ ਆ ਗਰੀਬ ਆਦਮੀ ਕੋ। ਔਰ ਜੋ ਬੈਨੀਫਿਟ ਹਮਾਰੇ ਸਰਕਾਰ ਨੇ ਦੀਏ ਹੈ ਉਹ ਬੈਨੀਫਿਟ ਕੁਛ ਐਸੇ ਵਰਕਰ ਸਰਕਾਰ ਮੇਂ ਹੈ ਜੋ ਜਿਨ੍ਹੋਂਨੇ ਇਹ ਬਹੁਤ ਸਕੀਮੇ, ਕੋਈ ਵੀ ਸਕੀਮ ਲਗਾ ਲਓ ਆਪ, ਸਾਰੀ ਸਕੀਮੇ ਉੱਡਾ ਸਰਕਾਰ ਨੇ ਬਹੁਤ ਅੱਛੇ ਕੰਮ ਕੀਆ, ਸਾਰੀ ਸਕੀਮੇ ਦੀ ਹੈ, ਲੇਕਿਨ ਕੁਛ ਐਸੇ ਆਦਮੀ ਹੈ ਜੋ ਬੀਚ ਮੇਂ ਯਹਾਂ ਪਰ ਸਕੀਮੇ ਪਹੁੰਚਣੇ ਸੇ ਪਹਿਲੇ ਹੀ ਬੀਚ ਮੇਂ ਹੀ ਖਾ ਜਾਤੇ ਹੈ, ਲੇਕਿਨ ਸਰਕਾਰ ਨੇ ਬਹੁਤ ਹੀ ਅੱਛੇ ਕੰਮ ਕੀਆ ਹੈ। ਹਮਾਰੇ ਆਂਗਨਵਾੜੀ ਕੀ ਸਮੱਸਿਆ ਹੈ, ਜੋ ਹਮਕੋ ਬਹੁਤ ਕਮ ਪੈਸਾ ਮਿਲਤਾ ਹੈ, ਉਹ ਵੀ 6-6 ਮਹੀਨੇ 7-7 ਮਹੀਨੇ ਸਾਲ ਵੀ ਹੋ ਜਾਤਾ ਹੈ, ਅਬ ਸਾਲ ਹੋ ਗਏ ਜੀ, ਇਹ ਜੀ ਪਸਾਈ ਵੀ ਉਸੀ ਮੇਂ ਕਟਤੀ ਹੈ, 1 ਰੁਪਈਆ ਬੱਚਾ ਮਿਲਤਾ ਹੈ ਔਰ ਪਸਾਈ ਵੀ ਉਸੀ ਮੇਂ ਕਟਤੀ ਹੈ, ਔਰ ਬਾਲਣ ਵੀ ਘਰ ਸੇ ਲਾਤੇ ਹੈ, ਇਤਨਾ ਮਹਿੰਗਾ ਬਾਲਣ 2 ਰੁਪਏ ਕਾ ਇੱਕ ਵੀ ਗੋਆ ਮਿਲਤਾ ਹੈ ਔਰ ਉਸਕੋ 30 ਕਿਦੜੀ ਲੱਕੜੀ ਮਿਲਤੀ ਹੈ ਜੀ, ਹਮਕੋ ਕੈਸੇ ਗੁਜ਼ਾਰਾ ਕਰਾ ਜੀ, ਨਹੀਂ ਤਾਂ ਕੁਛ ਸਰਕਾਰੀ ਨੌਕਰੀ ਹੈ, ਨਹੀਂ ਕੋਈ ਮਤਲਬ ਕੋਈ ਰੁਜ਼ਗਾਰ ਆ, ਦਿਹਾੜੀ ਹੈ, ਦਿਹਾੜੀ ਨਹੀਂ ਮਿਲਾ ਤਾਂ ਆਪਣੇ ਘਰ ਬੈਠ ਜਾਓ ਆਰਾਮ ਤੇ, ਔਰ ਤਾਂ ਕੋਈ ਐਸਾ ਕੰਮ ਨਹੀਂ ਹੈ, ਕਿਉਂ ਮਾਰੀ ਨਹੀਂ ਬਣੀ, ਰਾਸ਼ਨ ਕਾਰਡ ਮਾਰਾ ਨਹੀਂ ਬਣਿਆ ਵੀ, ਕੋਈ ਵੀ ਮਾਰਾ ਮਤਲਬ ਐਸਾ ਕਾਰਵਾਈ ਨਹੀਂ, ਕੋਈ ਬਈ ਔਰਤਾਂ ਕੇ ਲਈ ਕੋਈ ਕਾਰਵਾਈ ਨਹੀਂ ਹੈ ਜੋ ਹਮ ਮਤਲਬ ਕਿ ਬਈ ਕਰ ਸਕਾਂ, ਕੋਈ ਕੰਮ ਕਰ ਸਕਾਂ ਘਰ ਬੈਠੇ ਆਪਣਾ, ਮਤਲਬ ਵੀ ਕੋਈ ਐਸਾ ਵੀ ਕੋਈ ਐਸਾ ਹੀ ਕੰਮ ਨਹੀਂ ਹੈ, ਕੁਛ ਵੀ ਕੰਮ ਨਹੀਂ ਹੈ ਵੀ, ਹਮ ਤੋਂ ਮਤਲਬ ਹਰ ਬਾਤ 'ਤੇ ਮੁਸੀਬਤ ਮਾਇਆ, ਗੇਹੂੰ ਮਾਰੀ ਨਹੀਂ ਬਣਦੀ, ਰਾਸ਼ਨ ਕਾਰਡ ਮਾਰੇ ਕੱਟ ਗਏ ਤੋ ਹਮਨਾ ਵੀ ਹਮਨਾ ਤੋਂ ਉੱਡਾ ਵੀ ਐਸੀ ਥਾ, ਮੋਦੀ ਵੀ ਐਸੀ ਮਾਰੇ ਲੀਏ ਤੋ ਸਭ ਇੱਕ ਬਰਾਬਰ ਹੈ ਜੀ। ਸਰਕਾਰ ਕੋਈ ਸੀ ਵੀ ਬਣੇ, ਮਤਲਬ ਸਭ ਕਿਸੇ ਸਰਕਾਰ ਬਣੇ, ਉੱਪਰ ਬਣੇ ਨੀਚਾ ਦੂਸਰੀ ਪਾਰਟੀ ਕਾ ਵੀ MLA ਕੋਈ ਵੀ ਬਣੇ ਤੋ ਉਸਕੋ ਸਰਕਾਰ ਨੇ ਸਮਾਨ ਦੇਣਾ ਚਾਹੀਏ, ਕਿਉਂਕਿ ਜੋ ਖੇਤਰ ਕੇ ਲੋਕ ਹੈ ਉਹ ਉਸਕੇ ਪਾਸ ਆਪਣੇ ਕੰਮ ਕੇ ਲੀਏ ਜਾਤੇ ਹੈ, ਔਰ ਵਹ ਸਰਕਾਰ ਵਹ ਕਹਤਾ ਹੈ ਕੰਮ ਕੇ ਲੀਏ ਵੀ ਮੇਰੀ ਸਰਕਾਰ ਨਹੀਂ ਹੈ ਉੱਪਰ ਤੋ ਮੈਂ ਮਜਬੂਰ ਹੂੰ, ਤੋ ਇਸਮੇ ਵੋਟਰ ਕਾ ਕਿਆ ਕਸੂਰ ਹੈ ਬਈ, ਸਰਕਾਰ ਬਣਾਉਣਾ ਤੋ ਵੋਟਰ ਨੇ ਤੋ ਆਪਣਾ ਵੋਟ ਉਸਕੋ ਦੇ ਦਿਆ ਜੋ ਕਿ ਆਪਣੇ ਹਲਕੇ ਕਾ ਆਦਮੀ ਸਹੀ ਲੱਗਿਆ ਉਸਕੋ ਦਿਆ ਵੋਟ, ਪਰ ਇਹ ਸਰਕਾਰ ਬਣਾਉਣ ਕੇ ਲੀਏ ਤੋ ਸਾਰੀ 90 ਸੀਟੋਂ ਕੋ ਕੈਸੇ ਕਵਰ ਕਰ ਲੇਗਾ ਇੱਕ ਆਦਮੀ, ਤੋ ਮੈਂ ਤੋ ਯਹੀ ਚਾਹਤਾ ਹੂੰ ਕਿ ਵੀ ਸਰਕਾਰ ਉੱਪਰ ਬਣਨੇ ਕੇ ਬਾਅਦ MLA ਦੂਸਰੀ ਪਾਰਟੀ ਕਾ ਵੀ ਹੋ ਤੋ ਉਸਕੋ ਸਰਕਾਰ ਸਮਾਨ ਦੇਣਾ ਚਾਹੀਏ, ਕਿਉਂਕਿ ਖੇਤਰ ਮੈਂ ਆਪਣਾ ਕੰਮ ਕਰਵਾਏ ਔਰ ਪੈਸਾ ਲਗਾਏ, ਔਰ ਇਨ੍ਹੀਂ ਸ਼ਬਦੋਂ ਕੇ ਸਾਥ ਮੇਰਾ ਧੰਨਵਾਦ। ਯਹਾਂ ਜੀ ਸਭ ਨਿਕਾਸੀ ਨਹੀਂ ਹੈ ਗਾਓ ਕੀ, ਔਰ ਜੋੜ ਨਹੀਂ ਹੈ, ਮਾਲੋ ਨਾਲੀ ਨਹੀਂ ਹੈ ਯਹਾਂ ਪੇ, ਔਰ ਇਹ ਕੱਚੀ ਗਲੀਆਂ ਸਭ, ਔਰ ਝੁੱਗੀ ਝੋਂਪੜੀ ਜ਼ਿਆਦਾ ਯਹਾਂ ਪੇ, ਤੋ ਬਹੁਤ ਪਰੇਸ਼ਾਨੀ, ਮੰਨ ਲਓ ਗਰੀਬ ਆਦਮੀ ਯਹਾਂ ਪੇ, ਬਹੁਤ ਪਰੇਸ਼ਾਨੀ ਕਾ ਕਾਮ ਹੈ ਮੰਨ ਲਓ, ਔਰ ਕੋਈ ਸਰਕਾਰ ਕੀ ਵੀ ਦੇਖ ਰੇਖ ਨਹੀਂ ਹੈ, ਕੋਈ ਜੋੜ ਮੰਨ ਲਓ ਪਾਣੀ ਦੀ ਨਿਕਾਸੀ ਨਹੀਂ ਹੈ, ਔਰ ਜਮੁਨਾ ਕਿਨਾਰੇ ਗਾਓ ਹੈ ਤੋ ਪ੍ਰਸ਼ਾਸਨ ਵੀ ਕੋਈ ਧਿਆਨ ਨਹੀਂ ਦੇ ਰਿਹਾ, ਸੜਕੋ ਤੇ ਪਰੇਸ਼ਾਨ ਹੈ ਜੀ, ਕਦੀ ਕੋਈ ਰਾਸਤਾ ਨਹੀਂ ਆਣੇ ਜਾਣੇ ਕਾ, ਕਰਨਾਲ ਕਨੀਆ ਇੰਦਰੀ ਕਨੀਆ ਕਹੀਂ ਕਵੀ ਨਹੀਂ ਆ ਜੀ, ਕੋਈ ਕੰਮ ਨਹੀਂ ਹੋਇਆ ਨਾ ਇਸ ਸਰਕਾਰ ਕੇ ਅੰਦਰ। ਇਹ ਹੁੱਡਾ ਸਰਕਾਰ ਕਾਂਗਰਸ ਸਰਕਾਰ ਜੋ ਹੈ ਰਾਜ ਮੇਂ ਕੈਸੀ ਸਰਕਾਰ ਹੈ, ਇਸ ਨੇ ਕੋਈ ਕੰਮ ਨਹੀਂ ਕੀਆ, ਭ੍ਰਿਸ਼ਟਾਚਾਰ ਕੀਆ ਸਾਰੀ ਜਗ੍ਹਾ, ਭ੍ਰਿਸ਼ਟਾਚਾਰ ਕੀਆ ਜੀ ਸਰਕਾਰ, ਆਪਣਾ ਆਪਣਾ ਪੈਸਾ ਬਟੋਲਿਆ ਔਰ ਬਾਹਰ ਪੈਸਾ ਜਮ੍ਹਾਂ ਕਰਾ ਦਿਆ। ਅੱਛਾ ਤਾਂ ਪਾਰਟੀ ਉਹੀ ਮੰਨਣੇ ਜਾਗੀ ਜੋ ਕੰਮ ਕਰੇਗੀ। ਅੱਛਾ ਸਮੱਸਿਆ ਤਾਂ ਇਹ ਹੈ ਜੀ, ਇੱਕ
ये हरियाणा रोडवेज की बस आए, एक भी बस नहीं आया। जो स्टूडेंट बेस के विद्यार्थी आए बहुत परेशानी होती है उनको, पास भी बन जाता है फिर हटा देते हैं एक मिनट लगा के, बहुत समस्या आती है। प्राइवेट में इनको पूरा किराया देना पड़ता है, प्राइवेट वाले भी वो नहीं बनाते। और बिजली समस्या तो किसान के लिए बहुत है, स्टूडेंट भी नहीं पढ़ पाते कई बार, इतना स्टडी एग्जाम होते हैं एग्जाम टाइम पे एक घंटा बिजली नहीं आती, वही बिजली में आके बच्चे पढ़ ले। और एग्रीकल्चर में सिर्फ पिछली बार जीरी का अच्छा रेट आनी, किसान को जीरी की ब्याशी कमी दाम पे देनी पड़ती है अपने से बहुत कम, तो ये समस्या बहुत ज़्यादा है। मुझे तो इस साल की सबसे परेशानी जो है कांग्रेस पार्टी से है, जो आज भ्रष्टाचार की देन है तो कांग्रेस पार्टी है। जो बेरोजगारी आजकल जो युवा पढ़े लिखे लड़के हैं बेरोजगार घूम रहे हैं, गांव में मेरा भाई छोटा पढ़ा लिखा है लेकिन बेरोजगार घूम रहा है। हल्के में कोई काम नहीं चल रहा, जमीन भी कुछ सड़कों पड़का सब टूटी पड़ी, कुछ नहीं चल रहा, जमीन भी बहुत पीछा लगा चला गया हमारा। तो चार जिले हमारे हैं, करनाल, कुरुक्षेत्र, अम्बाला, जमुनानगर, इनमें कोई भी नौकरी नहीं हमारे लिए और ना कोई काम है और ना ये करदा ना, सारे रोहतक सब रोहतक, गुड़गांव, फरीदाबाद सब इधर ही जा रहा। जिस टाइम है नहीं उड्डा ना कहे था दुर्दा मिलने मिलेंगे, यहाँ एक भी नहीं है बिल्कुल भी, ना यूरिया खार मिल रहा बाजार में, पता कर लो जाएगा एक भी कट्टा यूरिया खार का, कोई सी भी दुकान पर एक भी कट्टा यूरिया खार को, दवाइयाँ जितनी मर्जी ले लो दवाइयाँ सारी मिल रही। जिस टाइम राकेश बने था उस टाइम बन गई थी सड़क, आज लग किसी ने नहीं बनवाई अटका, 10 साल है गए अटका, एक भी टुक्की भी लगी हो इस पर टुक्की भी नहीं लगवाई। इंद्री हल्के माँ एक भी बच्चा नौकरी नहीं लग्या, और जो लगे अपने अपने बलबुत्ते पर लगे जैसे मर्जी कह लो, यहाँ नहीं कोई भी वरदान का, ना MLA बड़ा यहाँ का ना MP बड़ा भाई यहाँ का, एक बार ये वोट मांगण तो जरूर आवे। इस हल्के में तो हुआ कुछ नहीं, जो होना चाहिए था वो तो इस हल्के में एक भी काम नहीं हुआ। आप सड़कें देखो, सड़कों का क्या बुरा हाल है, सारी सड़कें खराब पड़ी, कोई तरक्की का कोई नाम ही नहीं, एजुकेशन तब पड़ा हुआ है वहीं, मतलब कोई भी काम हल्के में ऐसा नहीं हुआ जो होना चाहिए था। यहाँ की सबसे बदकिस्मती तो यही रही है कि यहाँ पे दो दो CM, दो दो MLA की घोषणा हुई थी, यहाँ दो दो छोटो अपना मतलब कुछ भी जो कार्य होना चाहिए एक भी कार्य नहीं हुआ है यहाँ पे। जो आज से 20 साल पहले जो कार्य हो गए थे वहीं का वहीं स्टेबल है हमारा हल्का, और बहुत ही इस सरकार ने बहुत ही पीछे धकेल दिया है इसको। ये हुड्डा की सरकार सिर्फ आप जिससे भी पूछोगे यही कहेगा कि रोहतक एरिया में ही विकास हुआ है यहाँ का, बाकी शिक्षण संस्थान जो भी है अपना नौकरी है सब उधर के लगते हैं अपना, हमारा एरिया तो ये अपने दमखम पे ही स्ट्रगल कर रहा है अपना और सर्वाइव कर रहा है। हमारे इंद्रिय हल्के में सबसे बड़ी समस्या यह है कि यहाँ सड़कों की हालत बहुत खराब है, सबसे ज़्यादा इतने खड्डे हैं कि उसमें कोई मुख्यमंत्री लीड नहीं सकता अटका, और ये उस तरफ ध्यान देते सबसे ही मतलब पिछड़ा इलाका हमारा इंद्रिय हल्का, यहाँ पर कोई भी MLA बनता है MP बनता है एक फ्री वोट मांगने भी आता दोबारा नहीं आता, और नहीं कुछ यहाँ कुछ खास विकास हो जाता। इंद्री में अब तक कोई विकास नहीं होया, जब से कांग्रेस सरकार आई है इसने कोई विकास नहीं किया, नौकरियों में हर एक चीज में कोई आश्वासन उठा आश्वासन दे रहा, आश्वासन कोई पक्का आश्वासन नहीं है। इंद्री में हर्बल पार्क के बारे में बोल रहे थे कि हर्बल पार्क बनेगा, सिर्फ एक बोर्ड लगा दिया उसके बारे में कोई काम नहीं होया, और बोल रहे थे कि यार इंद्री के हल्के को दो दो MLA मिलेंगे, यहाँ एक भी MLA नहीं मिला। अब गाँव की बिजली अलग करवा दी और इसकी टिवालों की अलग करवा दी, इससे जो है ना जनता बहुत खुश है। रही बात नौकरी की, जो पढ़ा लिखा बच्चा होगा उसको नौकरी जरूर मिलेगी, अब बगैर अनपढ़ ही जो है ना हुड्डा साहब कांग्रेस कैसे उसको फिट करवा देगी नौकरी लगवा देगी। जितना विकास 60 साल के अंदर कांग्रेस ने हुड्डा सरकार ने करवाया आज तक किसी CM ने नहीं करवाया। आज तो कुछ भी नहीं है, क्या कर रहे हैं जो से बच्चे पढ़ लिख का नौकरियां बेचारे नहीं खाली फिर रहे, उनका क्या फायदा है बता, क्या फायदा है सरकार, हमने तो वोटा भी मट्टी में गेर देनी चाहिए तो बड़ी तो देवे ही नहीं, कोई जरूरी थोड़ा ना अभी देनी। फिर अरमाले देखे ऐसे इंसान भले उसने उनकी काट ली पहले सुना